ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਵਿੰਦਰ ਸਿੰਘ, ਬਾਸੀ ਪਿੰਡ ਖਹਿਰਾ ਮੱਝਾ ਦਾ ਮੈਂ ਸਰਪੰਚ ਹਾਂ ਜੀ। ਸੰਨ 13 ਤੋਂ 18 ਤੱਕ ਮੈਂ ਸਰਪੰਚ ਰਿਹਾ ਜੀ। ਹਾਂਜੀ, ਔਰ ਆਪਣੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਮੈਂ ਕੰਮ ਕਰਵਾਏ ਆ ਜਾਂ ਕੀਤੇ ਆ ਉਹ ਮੈਂ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇ ਰਿਹਾ। ਸਭ ਤੋਂ ਪਹਿਲਾਂ ਤਾਂ ਅਸੀਂ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਜੀ। ਦੂਸਰੇ ਨੰਬਰ 'ਤੇ ਪਸ਼ੂ ਹਸਪਤਾਲ ਬਿਲਡਿੰਗ ਦੀ ਇਮਾਰਤ ਨਵੀਂ ਬਣਵਾਈ ਜੀ। ਤੀਸਰੇ ਨੰਬਰ 'ਤੇ ਅਸੀਂ ਛੱਪੜ ਨਵਾਂ, ਸਾਨੂੰ ਬਹੁਤ ਜ਼ਿਆਦਾ ਪਿੰਡ ਨੂੰ ਪ੍ਰੋਬਲਮ ਸੀ ਛੱਪੜ ਦੀ, ਉਹਦੀ ਖੁਦਾਈ ਕੀਤੀ, ਨਵਾਂ ਸ਼ੁਰੂ ਕਰਵਾਇਆ ਜੀ। ਔਰ ਪਿੰਡ ਦੇ ਉੱਤੇ ਨਾਲੀਆਂ, ਗਲੀਆਂ, ਸੀਵਰੇਜ ਅੰਡਰਗਰਾਊਂਡ ਜੋ ਪਾਈਪਲਾਈਨ ਜਿਹੜੀ ਛੱਪੜ ਨੂੰ ਜਾ ਰਹੀ ਆ ਉਹ ਅੰਡਰਗਰਾਊਂਡ ਕੀਤੀ ਹੈ ਜੀ। ਇੰਟਰਲੋਕ ਗਲੀਆਂ ਦੇ ਵਿੱਚ ਲਾਈ ਹੈ ਜੀ, ਅਤੇ ਇੱਕ ਡਿਸਪੈਂਸਰੀ ਦੇ ਵਿੱਚ ਵਧੀਆ ਕਮਰਾ ਬਣਾ ਕੇ ਦਿੱਤਾ ਜੀ ਮੈਡਮ। ਡਿਸਪੈਂਸਰੀ ਜਿੰਮ ਵਾਸਤੇ ਕਮਰਾ ਬਣਵਾਇਆ ਜੀ। ਔਰ ਸਾਡੇ ਥੋੜ੍ਹੀ ਜਿਹੀ ਕਲੋਨੀ ਹੈ ਜੀ, ਉਹਦੇ ਵਿੱਚ ਨਾਲੀਆਂ ਗਲੀਆਂ ਬਣਾਈਆਂ, ਸਮਰਸੀਬਲ ਮੋਟਰ ਲਵਾਈ ਗਈ। ਇੱਕ ਸਾਡੇ ਸ਼ਮਸ਼ਾਨ ਘਰ ਦੇ ਵਿੱਚ ਸਾਨੂੰ ਪਾਣੀ ਜ਼ਰੂਰਤ ਸੀ, ਉਹਦੇ ਵਿੱਚ ਵੀ ਇੱਕ ਸਮਰਸੀਬਲ ਮੋਟਰ ਲਵਾਈ ਗਈ ਹੈ ਜੀ। ਦੇਖੋ ਜੀ, ਜਿਹੜੀ ਪੈਨਸ਼ਨ ਲੱਗ ਰਹੀ ਹੈ ਜੀ, ਜਾਂ ਲੱਗੀ ਆ ਜਾਂ ਲਾਗੂ ਹੋ ਰਹੀ ਆ, ਅਸੀਂ ਉਹਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਜਿੱਦਾਂ ਹੁਣ 700 ਰੁਪਈਆ ਬਹੁਤ ਥੋੜ੍ਹੀ ਪੈਨਸ਼ਨ ਹੈ ਜੀ। ਅਸੀਂ ਤਾਂ ਇਹ ਗੌਰਮੈਂਟ ਨੂੰ ਕਹਿ ਸਕਦੇ ਵੀ ਜਿੱਦਾਂ ਤੁਸੀਂ 2500 ਰੁਪਈਆ ਅਨਾਊਂਸ ਕਰਦੇ ਹਾਂ, 2500 ਰੁਪਈਆ ਕੀਤੀ ਜਾਵੇ, ਜੋ ਜਿਹੜੀ ਇਹਦੀ ਏਜ ਆ 60 ਸਾਲ ਦੀ ਉਹਨੂੰ ਵੀ ਥੋੜ੍ਹਾ ਜਿਹਾ ਘਟਾ ਕੇ 55 ਸਾਲ ਤੋਂ ਪੈਨਸ਼ਨ ਜਿਹੜੀ ਹੈ ਲਾਗੂ ਕਰਨੀ ਚਾਹੀਦੀ ਹੈ ਜੀ। ਕਿਉਂਕਿ ਹਰ ਵਰਗ ਨੂੰ, ਹਰ ਨੂੰ ਪੈਨਸ਼ਨ ਮਿਲਣੀ ਚਾਹੀਦੀ, ਇਹਦੀ ਸਹੂਲਤ ਮਿਲਣੀ ਚਾਹੀਦੀ ਹੈ। ਅਸੀਂ ਬਹੁਤ ਜ਼ਿਆਦਾ ਮਤਲਬ ਸਰਕਾਰ ਦੇ ਰਿਲੀ ਹੋਵਾਂਗੇ ਜੇ ਸਾਡੇ ਇਸ ਪੈਟ ਨੂੰ ਮੁੱਖ ਰੱਖਦਿਆਂ ਹੋਇਆਂ, ਦਿਸ਼ਾ ਦੇ ਨੂੰ ਮੁੱਖ ਰੱਖਦਿਆਂ ਹੋਇਆਂ ਚੰਗੀ ਤਰ੍ਹਾਂ ਇਹਦੇ 'ਤੇ ਸੋਚ ਵਿਚਾਰ ਕਰਕੇ ਇਹਨੂੰ ਲਾਗੂ ਕੀਤਾ ਜਾਵੇ। ਅਸੀਂ ਆਪਣੇ ਵੱਲੋਂ ਗੌਰਮੈਂਟ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ, ਜੋ ਕਿ ਸਾਡੇ ਬਹੁਤ ਹੀ ਪੰਜਾਬ ਦੇ ਕਿਸਾਨ ਜਿਹੜੇ ਬਹੁਤ ਮਿਹਨਤੀ ਅਤੇ ਅਣਥੱਕ ਨੇ, ਉਹਨਾਂ ਬਾਰੇ ਥੋੜ੍ਹਾ ਜਿਹਾ ਸੋਚ ਵਿਚਾਰ ਕੀਤੀ ਜਾਵੇ, ਜੋ ਕਿ ਉਹਨਾਂ ਨੂੰ ਮੰਡੀਕਰਨ ਦੇ ਵਿੱਚ ਜੋ ਤਕਲੀਫਾਂ ਆਉਂਦੀਆਂ। ਅਸੀਂ ਸਰਕਾਰ ਨੂੰ ਵਾਰ ਵਾਰ ਇਹੋ ਬੇਨਤੀ ਕਰਾਂਗੇ ਕਿ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ, ਔਰ ਉਹਨਾਂ ਦੇ ਨਾਲ ਚੱਲਣਾ ਚਾਹੀਦਾ ਆ। ਉਹ ਜੋ ਵੀ ਉਹਨਾਂ ਨੂੰ ਮੰਡੀਕਰਨ ਦੇ ਵਿੱਚ ਮੁਸ਼ਕਲਾਂ ਆਉਂਦੀਆਂ, ਸਭ ਤੋਂ ਪਹਿਲਾਂ ਉਹਨਾਂ ਦਾ ਹੱਲ ਕੀਤਾ ਜਾਵੇ। ਮੈਂ ਆਪਣੇ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੁੱਖ ਰੱਖਦੇ ਹੋਏ NRA ਵੀਰ ਔਰ ਪੰਜਾਬ ਦੀਆਂ ਸੰਗਤਾਂ ਨੂੰ ਬਹੁਤ ਹੀ ਆਪਣੇ ਵੱਲੋਂ ਔਰ ਆਪਣੀ ਪੰਚਾਇਤ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਜੀ।